ਜਲੰਧਰ ਦੇ ਹਲਕਾ ਆਦਮਪੁਰ ਦੇ ਵਿੱਚ ਪਿੰਡ ਨੌਲੀ ਵਿਖੇ ਇੱਕ ਵੱਡੀ ਖਬਰ ਆ ਰਹੀ ਹੈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਕਮ ਨਾ ਦੇਣ ਦੇ ਵਿਰੋਧ ਵਿੱਚ ਗੁੱਸੇ ਆਏ ਕਿਸਾਨ ਵੱਲੋਂ ਕਾਂਗਰਸੀ ਲੀਡਰਾਂ ਦੀ ਬੋਲਤੀ ਬੰਦ ਕਰ ਦਿੱਤੀ ਗਈ। ਬਿਊਰੋ ਫਿਰ ਅਚਾਨਕ ਨਿਊਜ਼ ਚੌਧਰੀ ਸਾਹਿਬ ਮੇਰੀ ਗੱਲ ਤੋਂ ਸੁਣੋ। ਮੋਦੀ ਬੈਠ ਗਿਆ, ਦੋ ਸਾਲ ਮੈਂ ਪੰਜਾਬ ਕੋਲ ਨਹੀਂ ਭੇਜਿਆ, ਜਬ ਰੁਪਿਆ ਆਏਗਾ ਇਨੀ ਤੋਂ ਬਟੇਗਾ ਕਾ ਤੋ ਅਸੀਂ ਇੱਕੋ ਹੀ ਗੱਲ ਕਰ ਰਹੇ ਹਾਂ, ਇਸ ਨਾਲਾਇਕ ਕੋ ਹਟਾਓ ਤਾਂ ਕਿ ਕਾਂਗਰਸ ਆਵੇ ਤੋ ਹੱਥ ਪਕੜ ਕੇ ਰਾਹੁਲ ਗਾਂਧੀ ਕਾ ਕਹੇਗੇ ਭਾਈ ਪੈਸਾ ਭੇਜੋ, ਸਾਡਾ ਭੀਖ ਨਹੀਂ ਚਾਹੀਏ, ਭੀਖ ਨਹੀਂ ਚਾਹੀਏ, ਪੈਸਾ ਆਏਗਾ ਤੋ ਮਿਲੇਗਾ ਨਾ, ਜੇ ਮੋਦੀ ਦੇਣਗੇ ਤਾਂ ਕੀ ਕਰੋਗੇ, ਜੇ ਜ਼ਿਮੀਦਾਰਾਂ ਦੇ ਪੈਸੇ ਤੁਸੀਂ ਦਵਾ ਦਿਓਗੇ ਤੁਹਾਡੀ ਗਵਰਨਮੈਂਟ ਬਣ ਜਾਊਗੀ, ਪਰ ਜੇ ਤੁਸੀਂ ਨਹੀਂ ਦਿਓਗੇ ਤੁਹਾਡੀ ਵੀ ਗਵਰਨਮੈਂਟ ਨਹੀਂ ਬਣਨੀ। ਹਾਂਜੀ ਲਾਰੇ ਹੀ ਆ।